ਸਿਕਲ ਦੋਸਤੋ ਬੈਂਗਲੌਰ ਦੀ ਟ੍ਰੈਫਿਕ ਤੋਂ ਬਚਦੇ ਬਚਾਉਂਦੇ ਅਸੀਂ ਪਹੁੰਚ ਗਏ ਹਾਂ ਹਾਲ ਮਿਊਜ਼ੀਅਮ ਹਿੰਦੁਸਤਾਨ ਐਰੋਨੈਟਿਕਸ ਲਿਮਿਟਿਡ ਮਿਊਜ਼ੀਅਮ ਇੰਡੀਆ ਦਾ ਪਹਿਲਾ ਮਿਊਜ਼ੀਅਮ ਜਿੱਥੇ ਤੁਸੀਂ ਏਅਰਕ੍ਰਾਫਟਸ ਦੇਖੋਗੇ 1940 ਤੋਂ HAL ਏਅਰਕ੍ਰਾਫਟਸ ਬਣਾ ਰਹੀ ਹੈ ਅਤੇ ਇਹ ਜਿਹੜਾ ਮਿਊਜ਼ੀਅਮ ਹੈ ਇਹ 2001 'ਚ ਸਟਾਰਟ ਹੋਇਆ ਸੀ ਹੁਣ ਆਪਾਂ ਚੱਲਦੇ ਹਾਂ ਅੰਦਰ ਅਤੇ ਦੇਖਦੇ ਹਾਂ ਅਲੱਗ ਅਲੱਗ ਤਰ੍ਹਾਂ ਦੇ ਏਅਰਕ੍ਰਾਫਟਸ ਟਿਕਟ ਅੱਜ ਫ੍ਰੀ ਸੀ ਵੈਸੇ ਜਨਰਲੀ ਅਗਰ ਤੁਸੀਂ ਆਓਗੇ ਤਾਂ 50 ਰੁਪਏ ਪਰ ਪਰਸਨ ਟਿਕਟ ਹੈ ਅਤੇ ਕੈਮਰੇ ਦੀ 75 ਰੁਪਏ ਅਲੱਗ ਤੋਂ ਆ ਅੰਦਰ ਐਂਟਰੀ ਕਰਨ ਤੋਂ ਬਾਅਦ ਤੁਸੀਂ ਲੈਫਟ ਜਾਂ ਰਾਈਟ ਕਿਸੇ ਪਾਸੇ ਵੀ ਜਾ ਸਕਦੇ ਹੋ ਅਸੀਂ ਲੈਫਟ ਸਾਈਡ 'ਤੇ ਗਏ ਦੋਸਤੋ ਇਹ ਜੋ ਪਲੇਨ ਹੈ ਇਹਦਾ ਨਾਂ ਹੈ ਮਾਰਟ ਇਹਨੇ ਆਪਣੀ ਪਹਿਲੀ ਫਲਾਈਟ ਲਈ ਸੀਗੀ 1961 ਦੇ ਵਿੱਚ HAL ਨੇ ਮਾਰਟ ਦੀ ਪ੍ਰੋਡਕਸ਼ਨ 1954 ਤੋਂ 1977 ਦੇ ਵਿੱਚ ਕੀਤੀ ਹੁਣ ਤੁਸੀਂ ਦੇਖ ਰਹੇ ਹੋ ਫੇਮਸ MiG-21 ਫਾਈਟਰ ਪਲੇਨ ਪ੍ਰੋਡਕਸ਼ਨ ਪੀਰੀਅਡ ਹੈ 1966 ਤੋਂ 1974 ਇੰਜਨ ਜੋ ਇਹਦੇ 'ਚ ਯੂਜ਼ ਹੋਇਆ ਹੈ ਇਹਨੂੰ ਪਾਵਰ ਕਰਨ ਲਈ R25-300 ਟਰਬੋਜੈਟ ਇੰਜਨ ਹੁਣ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਹਿੰਦੁਸਤਾਨ ਜੈਟ ਟ੍ਰੇਨਰ ਇੱਕ ਛੋਟਾ ਜਿਹਾ ਪਲੇਨ ਹੈ ਜਿਹਦੇ 'ਚ ਬਸ ਇੱਕ ਪਾਇਲਟ ਹੀ ਬੈਠ ਸਕਦਾ ਹੈ ਦੋਸਤੋ ਇਹ ਹੈ ਲਾਈਟ ਕੰਬੈਟ ਏਅਰਕ੍ਰਾਫਟ ਇਸ ਏਅਰਕ੍ਰਾਫਟ ਨੇ ਆਪਣੀ ਪਹਿਲੀ ਉਡਾਨ 2001 ਵਿੱਚ ਭਰੀ ਸੀ ਦੋਸਤੋ ਇਹ ਜੋ ਏਅਰਕ੍ਰਾਫਟ ਤੁਸੀਂ ਦੇਖ ਰਹੇ ਹੋ ਇਹਦਾ ਨਾਂ ਹੈ ਲਕਸ਼ਿਆ ਇਹ ਇੱਕ ਪਾਇਲਟਲੈਸ ਏਅਰਕ੍ਰਾਫਟ ਹੈ ਜੋ ਕਿ ਲੈਂਡ ਤੋਂ ਅਤੇ ਸ਼ਿਪ ਤੋਂ ਵੀ ਇਹਨੂੰ ਆਪਾਂ ਰੋਕੇਟ ਦੀ ਮਦਦ ਨਾਲ ਲਾਂਚ ਕਰ ਸਕਦੇ ਹਾਂ ਇਹ ਜੋ ਏਅਰਕ੍ਰਾਫਟ ਹੈ ਤੁਹਾਡੇ ਸਾਹਮਣੇ ਇਹਦਾ ਨਾਂ ਹੈ ਅਜੀਤ ਜਿਵੇਂ ਕਿ ਅਜੀਤ ਦਾ ਮਤਲਬ ਹੈ ਜਿਹਨੂੰ ਹਰਾਇਆ ਨਾ ਜਾ ਸਕੇ ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਹੁਣ ਟੇਕ ਆਫ ਕਰਨ ਲਈ ਤਿਆਰ ਹੀ ਹੈ
हुण शुरू हो गया है हैलीकॉप्टर सैक्शन। ये एक वड्डा एडवांस हैलीकॉप्टर है जो तुसी देख रहे हो तुहाडे सामने। दोस्तों हुण तुहाडे सामने पेश है डॉव, जिसनू देवन भी कहिंदे ने। ये डिज़ाइन किया गया सी द हैवीलैंड यूके वालों, तो इन्हें अपनी पहली फ्लाइट लई सी 1950 विच। ये छोटे जे प्लेन का नाम है हांसा। इनू देख के तो लगता है कि एक मैं यह अपने छत पर भी खड़ा कर लवा। वैसे पंजाब च बड़े लोगों ने टैंकियां ते ये हांसा काफ़ी खड़े किए हुए ने। हुण तुसी देख रहे हो किरण, इन्हें अपनी पहली फ्लाइट लई सी 1964 विच। ते दोस्तों इस दे अंदर लग्या है रोल्स रॉयस दा इंजन। ये डिजाइन एंड डिवेलप किया गया है हॉल वालों, इंडिया दे विच बनया होया जहाज। सारे एयरक्राफ्ट और हैलीकॉप्टर देखन तो बाद दोस्तों असी गए सुविनियर शॉप दे विच। इत्थे तुसी देख सकते हो काफ़ी सारे एयरक्राफ्ट के मॉडल जो तुसी परचेज कर सकते हो। इन्ना सारा घूमन तो बाद फिर लगी सी छोटी जी भुख, उहदे वास्ते एक छोटी जी कैंटीन बनी हुई है इत्थे, जिथे तुसी समोसे खा सकते हो। मिर्ची भज्जी मिलती है जो कि जनरली साउथ इंडिया विच मिलती है, बड़ी स्वाद होंदी है। सो यू कैन हैव सम स्नैक्स गाइस।
दोस्तों अज का ब्लॉग इतें ही खत्म होंदा है। अज असी बहुत सारे एयरक्राफ्ट देखे, होप तुसी इंजॉय किया होगा। तो अगर थानू अच्छा लग्या, वधिया लग्या, तो लाइक तो सबसक्राइब जरूर करो। थैंक यू गाइज, थैंक यू फॉर वॉचिंग।